ਪਤਾ ਲੱਗੂਗਾ ਵੀ ਕਿੱਥੇ ਡਿਲੀਵਰੀ ਹੋਈ ਹੈ, ਕੀ ਰੀਜ਼ਨ ਸੀਗਾ। ਅਸੀਂ ਸਟਾਫ ਨੂੰ ਵੀ ਪੁੱਛਾਂਗੇ ਜਿਹੜਾ ਕੰਸਰਨ ਸਟਾਫ ਡਿਊਟੀ ਤੇ ਮੌਜੂਦ ਸੀ, ਜੇ ਕਿਸੇ ਦਾ ਫਾਲਟ ਹੋਇਆ ਉਹਦੇ ਤੇ ਐਕਸ਼ਨ ਵੀ ਹੋਊਗਾ। ਮਾਮਲਾ ਮੈਂ ਗੁੜੀਆ ਲੈ ਕੇ ਭੇਜੀ ਸੀ ਗੁੜੀਆ ਇੱਥੇ, ਇਹਨੇ ਆਪਨੇ ਸੰਭਾਲਿਆ, ਬੱਚਾ ਵੀ ਤੇ ਗੁੜੀਆ ਵੀ ਮੇਰੀ। ਬੰਦਾ ਇਕੱਲਾ ਆਪਦੀ ਜਨਾਨੀ ਨੂੰ ਲੈ ਕੇ ਆ ਜਾਂਦਾ, ਉਹ ਤਾਂ ਮਾਰਿਆ ਜਾਏਗਾ। ਫਿਰ ਸਟਾਫ ਹੈਗੇ ਸੀ, ਸੁਣਾਈ ਕੀਤੀ ਨਹੀਂ, ਆਵਾਜ਼ਾਂ ਮਾਰਦੇ ਰਹੇ ਗੁੜੀਆਂ, ਆਵਾਜ਼ਾਂ ਮਾਰਦੇ ਰਹੀ, ਆਹ ਸਾਹਿਬ ਮਿੰਨਤਾਂ ਕਰਕੇ ਆਈਏ, ਫਿਰ ਵੀ ਨਹੀਂ ਆਈਏ। ਮਾਮਲਾ ਫਾਜ਼ਿਲਕਾ ਤੋਂ ਸਾਹਮਣੇ ਆਇਆ ਹੈ ਜਿੱਥੇ ਸਰਕਾਰੀ ਹਸਪਤਾਲਾਂ ਵਿੱਚ ਡਾਕਟਰਾਂ ਦੀ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ। ਪਰਿਵਾਰ ਨੇ ਇਲਜ਼ਾਮ ਲਗਾਇਆ ਕਿ ਡਾਕਟਰ ਤੇ ਸਟਾਫ ਨੇ ਉਹਨਾਂ ਦੇ ਬੱਚੇ ਦੀ ਡਿਲੀਵਰੀ ਨਹੀਂ ਕਰਵਾਈ। ਪਰਿਵਾਰ ਦੇ ਮੈਂਬਰਾਂ ਨੂੰ ਖੁਦ ਹਸਪਤਾਲ ਦੇ ਬੈੱਡ ਤੇ ਡਿਲੀਵਰੀ ਕਰਵਾਉਣੀ ਪਈ। ਪਰਿਵਾਰ ਨੇ ਹਸਪਤਾਲ ਦੇ SMO ਨੂੰ ਮਾਮਲੇ ਦੀ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਮਾਮਲਾ ਮੈਂ ਗੁੜੀਆ ਲੈ ਕੇ ਭੇਜੀ ਸੀ ਗੁੜੀਆ ਇੱਥੇ, ਇਹਦਾ ਜਨਾਨੀਆਂ ਨਾਲ ਸਾਡੇ ਆਉਂਦੀਆਂ ਹੈ, ਵੈਸੇ ਮੈਡਮਾਂ ਨੇ ਕਿਸੇ ਨੂੰ ਸੁਣਾਈ ਕੀਤੀ ਨਹੀਂ, ਸਾਡੀ ਜਨਾਨੀਆਂ ਨੇ ਆਪਨੇ ਸੰਭਾਲਿਆ, ਬੱਚਾ ਵੀ ਤੇ ਗੁੜੀਆ ਵੀ ਮੇਰੀ। ਆਸ਼ਾ ਵਰਕਰ ਮਿੰਨਤਾਂ ਕਰਦੀ ਰਹੇਗੀ ਵਿਚਾਰੀ, ਉਹਦੀ ਸੁਣਾਈ ਕੀਤੀ ਨਹੀਂ। ਬਸ ਅਸੀਂ ਇਹ ਕਹਿਣਾ ਚਾਹੁੰਦੇ ਹਾਂ, ਅਚਾਨਕ ਬੰਦਾ ਇਕੱਲਾ ਆਪਦੀ ਜਨਾਨੀ ਨੂੰ ਲੈ ਕੇ ਆ ਜਾਂਦਾ, ਉਹ ਤਾਂ ਮਾਰਿਆ ਜਾਏਗਾ ਫਿਰ ਵਿਚਾਰਾ। ਉਹ ਤਾਂ ਇਹ ਤਾਂ ਸਾਡੇ ਤਾਂ ਚਲੋ ਬਰਾਦਰੀ ਕਦੀ ਨਾਲ ਆਉਂਦੀ ਹੈ, ਚਲੋ ਸੰਭਾਲ ਲਿਆ। ਮੇਰੀ ਭੈਣ ਹੈਗੀ, ਟਾਲੀ ਤੋਂ ਬੁਲਾਏ ਸੀ ਮੈਂ ਡਾਕਟਰ ਜੀ, ਹਸਪਤਾਲ ਦਾ ਸਟਾਫ ਨਹੀਂ ਸੀ, ਸਟਾਫ ਹੈਗੇ ਸੀ, ਸੁਣਾਈ ਕੀਤੀ ਨਹੀਂ, ਆਵਾਜ਼ਾਂ ਮਾਰਦੇ ਰਹੇ ਕੁੜੀਆਂ, ਆਵਾਜ਼ਾਂ ਮਾਰਦੀ ਨਹੀਂ, ਆਹ ਸਾਹਿਬ ਮਿੰਨਤਾਂ ਕਰਕੇ ਆਈਏ, ਫਿਰ ਵੀ ਨਹੀਂ ਆਈਏ। ਬਾਰੇ ਮੈਨੂੰ ਹੁਣੇ ਹੀ ਪਤਾ ਲੱਗਿਆ, ਮੈਂ ਇਸ ਬਾਰੇ ਡਿਟੇਲਡ ਪਤਾ ਕਰਦਾ ਜੀ, ਇਨਕੁਆਇਰੀ ਕਰਾਂਗੇ, ਜੇ ਕਿਸੇ ਦਾ ਫਾਲਟ ਹੋਇਆ ਉਹਦੇ 'ਤੇ ਐਕਸ਼ਨ ਵੀ ਹੋਊਗਾ। ਬਟ ਥਿੰਗ ਇਜ਼, ਜਿੰਨਾ ਚਿਰ ਮੈਂ ਡਿਟੇਲਡ ਪਤਾ ਨਹੀਂ ਕਰਦੇ ਉਨਾ ਚਿਰ ਮੈਂ ਕੁਛ ਕਮੈਂਟ ਨਹੀਂ ਕਰ ਸਕਦਾ। ਇਸ ਚੀਜ਼ ਬਾਰੇ ਪਤਾ ਕਰ ਲੈਂਦੇ ਹਾਂ ਜੀ, ਜੋ ਡਿਟੇਲਡ ਇਨਫੋਰਮੇਸ਼ਨ ਆਉਂਦੀ ਹੈ ਪਰਿਵਾਰ ਨੂੰ ਵੀ ਬੁਲਾ ਕੇ ਪੁੱਛਾਂਗੇ ਕੀ ਇਸ਼ੂ ਹੈ ਕੀ ਨਹੀਂ। ਜੇ ਕਿਸੇ ਦਾ ਫਾਲਟ ਹੋਇਆ ਨੋ ਡਾਊਟ ਉਹਨੂੰ ਸਜ਼ਾ ਮਿਲੂਗੀ, ਉਹਨੂੰ ਜੋ ਬਣਦੀ ਕਾਰਵਾਈ ਹੋਈ ਉਹ ਕੀਤੀ ਜਾਊਗੀ। ਪਤਾ ਕਰੇ ਤੋਂ ਪਤਾ ਲੱਗੂਗਾ ਵੀ ਕਿੱਥੇ ਡਿਲੀਵਰੀ ਹੋਈ ਹੈ, ਕੀ ਰੀਜ਼ਨ ਸੀਗਾ, ਉਸ ਤੋਂ ਆਪਾਂ ਡਿਟੇਲਡ ਫੇਰ ਹੀ ਇਨਫੋਰਮੇਸ਼ਨ ਦੇ ਪਾਵਾਂਗੇ। ਦੇਖੋ ਜੇ ਵਾਰਡ 'ਚ ਜਾਂ ਫਿਰ ਟੇਬਲ 'ਤੇ ਡਿਲੀਵਰੀ ਹੁੰਦੀ ਹੈ, ਫਿਰ ਤਾਂ ਕੋਈ ਮਤਲਬ ਪੁੱਛੂਗਾ ਪੇਸ਼ੈਂਟ ਨੂੰ ਵੀ ਕੀ ਇਸ਼ੂ ਸੀ ਕੀ ਨਹੀਂ। ਦੇਖ ਪੇਸ਼ੈਂਟ ਦੀ ਰਾਏ ਵੀ ਲਾਂਗੇ, ਪਲੱਸ ਅਸੀਂ ਸਟਾਫ ਨੂੰ ਵੀ ਪੁੱਛਾਂਗੇ ਜਿਹੜਾ ਕੰਸਰਨ ਸਟਾਫ ਡਿਊਟੀ 'ਤੇ ਮੌਜੂਦ ਸੀ, ਉਸ ਤੋਂ ਪਤਾ ਲੱਗੂਗਾ ਐਗਜੈਕਟ ਕੌਜ਼ ਕੀ ਹੈ, ਕੀ ਕਾਰਨ ਹੈ, ਕਿੱਥੇ ਡਿਲੀਵਰੀ ਹੋਈ ਹੈ। ਜੋ ਜਿਸ ਹਿਸਾਬ ਦਾ ਅੱਗੇ ਫਰਦਰ ਡਿਟੇਲ ਨਿਕਲ ਕੇ ਆਉਂਦੀ ਹੈ, ਉਸ ਹਿਸਾਬ ਨਾਲ ਕਾਰਵਾਈ ਕੀਤੀ ਜਾਵੇ। ਟਹਿਲਕਾ ਨਿਊਜ਼, ਜੇਕਰ ਸੱਚ ਲਿਖਣਾ, ਸੱਚ ਬੋਲਣਾ ਬਗਾਵਤ ਹੈ ਤਾਂ ਸਮਝੋ ਟਹਿਲਕਾ ਨਿਊਜ਼ ਬਾਗੀ ਹੈ। ਪਤਾ ਦੀ ਆਵਾਜ਼ ਸਰਕਾਰ ਤੱਕ ਪਹੁੰਚਾਉਣ ਲਈ ਟਹਿਲਕਾ ਨਿਊਜ਼ ਹਰ ਟਾਈਮ ਹਰ ਵਕਤ ਤੁਹਾਡੇ ਨਾਲ ਹੈ। ਜੇਕਰ ਸਰਕਾਰਾਂ ਕਰ ਰਹੀਆਂ ਨੇ ਕਿਸਾਨਾਂ ਨਾਲ ਧੱਕਾ, ਨਹੀਂ ਸੁਣੀ ਜਾ ਰਹੀ ਗਰੀਬਾਂ ਦੀ ਗੱਲ, ਪੰਜਾਬ ਦਾ ਇੱਕ ਬੇਧੜਕ ਨਿਰਧੜਕ ਟਹਿਲਕਾ ਨਿਊਜ਼ ਹਰ ਵਕਤ ਹਰ ਟਾਈਮ ਹਰ ਪਲ ਤੁਹਾਡੇ ਨਾਲ ਹੈ। ਜੇਕਰ ਕਿਸੇ ਨਾਲ ਹੋ ਰਹੀ ਹੈ ਬੇਇਨਸਾਫੀ, ਪ੍ਰਸ਼ਾਸਨ ਨਹੀਂ ਦੇ ਰਿਹਾ ਜਨਤਾ ਨੂੰ ਸਹੀ ਹੱਕ, ਤੁਹਾਡੀ ਆਵਾਜ਼ ਚੱਕਣ ਲਈ ਤੇ ਤੁਹਾਡੀ ਮਦਦ ਕਰਨ ਲਈ ਟਹਿਲਕਾ ਨਿਊਜ਼ ਹਰ ਟਾਈਮ ਹਰ ਵਕਤ ਤੁਹਾਡੇ ਨਾਲ। ਜੇਕਰ ਜਨਤਾ ਨਾਲ ਹੋ ਰਿਹਾ ਧੱਕਾ, ਰਾਜਨੀਤਿਕ ਨੇਤਾ ਜਾਂ ਸ਼ਰਾਰਤੀ ਆਂਸਰ ਜਨਤਾ ਨੂੰ ਕਰ ਰਹੇ ਨੇ ਪਰੇਸ਼ਾਨ, ਤੁਹਾਡੀ ਆਵਾਜ਼ ਨੂੰ ਬੁਲੰਦ ਕਰਨ ਵਾਸਤੇ ਟਹਿਲਕਾ ਨਿਊਜ਼ ਹਰ ਵਕਤ ਹਰ ਟਾਈਮ ਤੁਹਾਡੇ ਨਾਲ ਹੈ।